ਏਟੀਐਮ ਚੋਂ ਪੈਸੇ ਕਢਵਾਉਣ ਗਿਆ ਸੀ ਸ਼ਖਸ, ਮਗਰੋਂ ਚੋਰ ਬਾਈਕ ਲੈ ਕੇ ਹੋਏ ਫਰਾਰ। ਖਬਰ ਕਪੂਰਥਲਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਸ਼ਖਸ ਏਟੀਐਮ ਵਿੱਚ ਪੈਸੇ ਕਢਵਾਉਣ ਲਈ ਜਾਂਦਾ ਹੈ ਅਤੇ ਜਦ ਉਹ ਪੈਸੇ ਕਢਵਾਉਣ ਲਈ ਗਿਆ ਹੁੰਦਾ ਹੈ ਤਾਂ ਪਿੱਛੋਂ ਦੋ ਚੋਰ ਆਉਂਦੇ ਨੇ ਅਤੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਉਸਦੀ ਬਾਈਕ ਲੈ ਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਜਦ ਉਹ ਸ਼ਖਸ ਏਟੀਐਮ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਪਹਿਲਾਂ ਹੀ ਦੋ ਵਿਅਕਤੀ ਏਟੀਐਮ ਦੇ ਬਾਹਰ ਖੜ੍ਹੇ ਹੁੰਦੇ ਨੇ ਅਤੇ ਜਿਵੇਂ ਹੀ ਉਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਪਹਿਲਾਂ ਆਪਣੇ ਚਿਹਰੇ ਨੂੰ ਇੱਕ ਕੱਪੜੇ ਦੇ ਨਾਲ ਢੱਕਦੇ ਨੇ, ਜਿਸ ਤੋਂ ਬਾਅਦ ਉਹ ਮਿੰਟਾਂ ਸਕਿੰਟਾਂ 'ਚ ਹੀ ਉਸਦੀ ਬਾਈਕ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ CCTV ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਸ਼ਖਸ ਪਹਿਲਾਂ ਬਾਈਕ ਦੇ ਇਰਦ ਗਿਰਦ ਘੁੰਮਦੇ ਹੋਏ ਵਿਖਾਈ ਦੇ ਰਹੇ ਨੇ ਅਤੇ ਜਿਵੇਂ ਹੀ ਉਹਨਾਂ ਨੂੰ ਮੌਕਾ ਮਿਲਦਾ ਹੈ ਉਹ ਬਾਈਕ ਦੇ ਨੇੜੇ ਜਾਂਦੇ ਨੇ, ਬਾਈਕ 'ਤੇ ਪਏ ਹੈਲਮਟ ਨੂੰ ਸਾਈਡ 'ਤੇ ਰੱਖਦੇ ਨੇ ਅਤੇ ਇੱਕ ਸ਼ਖਸ ਪਿੱਛੇ ਇੰਤਜ਼ਾਰ ਕਰਦਾ ਅਤੇ ਦੂਸਰਾ ਇਸ ਪੂਰੀ ਘਟਨਾ ਨੂੰ ਅੰਜਾਮ ਦਿੰਦਾ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਸਨੇ ਇੱਕਦਮ ਹੀ ਬਾਈਕ ਨੂੰ ਖੋਲ੍ਹਿਆ ਅਤੇ ਨਾਲ ਹੀ ਆਪਣੇ ਦੂਜੇ ਸਾਥੀ ਨੂੰ ਬਿਠਾ ਕੇ ਇਹ ਦੋਵੇਂ ਸ਼ਖਸ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਜਦ ਉਕਤ ਵਿਅਕਤੀ ਏਟੀਐਮ ਤੋਂ ਬਾਹਰ ਆਇਆ ਤਾਂ ਉਸਨੇ ਦੇਖਿਆ ਕਿ ਉਸਦੀ ਬਾਈਕ ਉਸ ਜਗ੍ਹਾ ਨਹੀਂ ਲੱਗੀ ਹੋਈ ਸੀ। ਉਸਨੇ ਹਫੜਾ ਦਫੜੀ 'ਚ ਆਲੇ ਦੁਆਲੇ 'ਚ ਹੱਥ ਮਾਰੀ ਤਾਂ ਉਸਨੂੰ ਪਤਾ ਲੱਗਾ ਕਿ ਉਸਦੀ ਬਾਈਕ ਤਾਂ ਇੱਥੇ ਹੈ ਹੀ ਨਹੀਂ, ਤਾਂ ਉਸ ਤੋਂ ਬਾਅਦ ਉਸ ਵੱਲੋਂ ਬੈਂਕ ਦੀ CCTV ਤਸਵੀਰਾਂ ਖੰਗਾਲੀਆਂ ਗਈਆਂ ਜਿਸ ਵਿੱਚ ਸਾਫ਼ ਦੇਖਿਆ ਗਿਆ ਕਿ ਦੋ ਚੋਰਾਂ ਦੇ ਵੱਲੋਂ ਉਸਦੀ ਬਾਈਕ ਨੂੰ ਚੋਰੀ ਕੀਤਾ ਗਿਆ। ਵਿਅਕਤੀ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਾਈ ਗਈ ਹੈ ਅਤੇ CCTV ਤਸਵੀਰਾਂ ਦੇ ਆਧਾਰ 'ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏਟੀਐਮ 'ਚੋਂ ਪੈਸੇ ਕਢਵਾਉਣ ਗਿਆ ਸੀ ਸ਼ਖਸ, ਮਗਰੋਂ ਚੋਰ ਬਾਈਕ ਲੈ ਕੇ ਹੋਏ ਫਰਾਰ। ਖਬਰ ਕਪੂਰਥਲਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਸ਼ਖਸ ਏਟੀਐਮ ਵਿੱਚ ਪੈਸੇ ਕਢਵਾਉਣ ਲਈ ਜਾਂਦਾ ਹੈ ਅਤੇ ਜਦ ਉਹ ਪੈਸੇ ਕਢਵਾਉਣ ਲਈ ਗਿਆ ਹੁੰਦਾ ਹੈ ਤਾਂ ਪਿੱਛੋਂ ਦੋ ਚੋਰ ਆਉਂਦੇ ਨੇ ਅਤੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਉਸਦੀ ਬਾਈਕ ਲੈ ਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਜਦ ਉਹ ਸ਼ਖਸ ਏਟੀਐਮ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਪਹਿਲਾਂ ਹੀ ਦੋ ਵਿਅਕਤੀ ਏਟੀਐਮ ਦੇ ਬਾਹਰ ਖੜ੍ਹੇ ਹੁੰਦੇ ਨੇ ਅਤੇ ਜਿਵੇਂ ਹੀ ਉਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਪਹਿਲਾਂ ਆਪਣੇ ਚਿਹਰੇ ਨੂੰ ਇੱਕ ਕੱਪੜੇ ਦੇ ਨਾਲ ਢੱਕਦੇ ਨੇ, ਜਿਸ ਤੋਂ ਬਾਅਦ ਉਹ ਮਿੰਟਾਂ ਸਕਿੰਟਾਂ 'ਚ ਹੀ ਉਸਦੀ ਬਾਈਕ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ CCTV ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਸ਼ਖਸ ਪਹਿਲਾਂ ਬਾਈਕ ਦੇ ਇਰਦ ਗਿਰਦ ਘੁੰਮਦੇ ਹੋਏ ਵਿਖਾਈ ਦੇ ਰਹੇ ਨੇ ਅਤੇ ਜਿਵੇਂ ਹੀ ਉਹਨਾਂ ਨੂੰ ਮੌਕਾ ਮਿਲਦਾ ਹੈ ਉਹ ਬਾਈਕ ਦੇ ਨੇੜੇ ਜਾਂਦੇ ਨੇ, ਬਾਈਕ 'ਤੇ ਪਏ ਹੈਲਮਟ ਨੂੰ ਸਾਈਡ 'ਤੇ ਰੱਖਦੇ ਨੇ ਅਤੇ ਇੱਕ ਸ਼ਖਸ ਪਿੱਛੇ ਇੰਤਜ਼ਾਰ ਕਰਦਾ ਅਤੇ ਦੂਸਰਾ ਇਸ ਪੂਰੀ ਘਟਨਾ ਨੂੰ ਅੰਜਾਮ ਦਿੰਦਾ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਸਨੇ ਇੱਕਦਮ ਹੀ ਬਾਈਕ ਨੂੰ ਖੋਲ੍ਹਿਆ ਅਤੇ ਨਾਲ ਹੀ ਆਪਣੇ ਦੂਜੇ ਸਾਥੀ ਨੂੰ ਬਿਠਾ ਕੇ ਇਹ ਦੋਵੇਂ ਸ਼ਖਸ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਜਦ ਉਕਤ ਵਿਅਕਤੀ ਏਟੀਐਮ ਤੋਂ ਬਾਹਰ ਆਇਆ ਤਾਂ ਉਸਨੇ ਦੇਖਿਆ ਕਿ ਉਸਦੀ ਬਾਈਕ ਉਸ ਜਗ੍ਹਾ ਨਹੀਂ ਲੱਗੀ ਹੋਈ ਸੀ। ਉਸਨੇ ਹਫੜਾ ਦਫੜੀ 'ਚ ਆਲੇ ਦੁਆਲੇ 'ਚ ਹੱਥ ਮਾਰੀ ਤਾਂ ਉਸਨੂੰ ਪਤਾ ਲੱਗਾ ਕਿ ਉਸਦੀ ਬਾਈਕ ਤਾਂ ਇੱਥੇ ਹੈ ਹੀ ਨਹੀਂ, ਤਾਂ ਉਸ ਤੋਂ ਬਾਅਦ ਉਸ ਵੱਲੋਂ ਬੈਂਕ ਦੀ CCTV ਤਸਵੀਰਾਂ ਖੰਗਾਲੀਆਂ ਗਈਆਂ ਜਿਸ ਵਿੱਚ ਸਾਫ਼ ਦੇਖਿਆ ਗਿਆ ਕਿ ਦੋ ਚੋਰਾਂ ਦੇ ਵੱਲੋਂ ਉਸਦੀ ਬਾਈਕ ਨੂੰ ਚੋਰੀ ਕੀਤਾ ਗਿਆ। ਵਿਅਕਤੀ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਾਈ ਗਈ ਹੈ ਅਤੇ CCTV ਤਸਵੀਰਾਂ ਦੇ ਆਧਾਰ 'ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।